ਸੰਗਰੂਰ ਦੇ ਦਿੜਬਾ ਵਿੱਚ ਟਰੱਕ ਯੂਨੀਅਨ ਵੱਲੋਂ ਯੂਨੀਅਨ ਦੇ ਪ੍ਰਧਾਨ ਖਿਲਾਫ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਜਸਵੀਰ ਸਿੰਘ ਜੱਸੀ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ। ਦੱਸ ਦਈਏ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਗਿਆ ਸੀ, ਪਰ ਟਰੱਕ ਮਾਲਕ ਆਪਣੇ ਪੱਧਰ 'ਤੇ ਹੀ ਟਰੱਕ ਯੂਨੀਅਨਾਂ ਚਲਾ ਰਹੇ ਹਨ। ਜਿਸ ਤੋਂ ਬਾਅਦ ਦਿੜਬਾ ਵਿਖੇ ਟਰੱਕ ਓਪਰੇਟਰਾਂ ਅਤੇ ਟਰੱਕ ਮਾਲਕਾਂ ਨੇ ਟਰੱਕ ਯੂਨੀਅਨ ਦਿੜਬਾ ਵਿਖੇ ਇਕੱਠੇ ਹੋ ਕੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠ ਹੋਏ ਟਰੱਕ ਓਪਰੇਟਰਾਂ ਨੇ ਕਿਹਾ ਕਿ ਸਾਨੂੰ ਇਹ ਪ੍ਰਧਾਨ ਮਨਜ਼ੂਰ ਨਹੀਂ ਹੈ, ਇਸ ਕਰਕੇ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਹੈ। ਇਸ ਮੌਕੇ ਟਰੱਕ ਯੂਨੀਅਨਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਲਾ ਨੇ ਕਿਹਾ ਕਿ ਜੋ ਟਰੱਕ ਓਪਰੇਟਰਾਂ ਦੀ ਸਹਿਮਤੀ ਹੋਵੇਗੀ ਉਸੇ ਨੂੰ ਨਵਾਂ ਪ੍ਰਧਾਨ ਚੁਣਿਆ ਜਾਏਗਾ। ਸਾਡੇ ਤੀਜੇ ਮਹੀਨੇ 'ਚ ਹਿਸਾਬ ਹੁੰਦਾ ਹੁੰਦਾ ਯੂਨੀਅਨ ਦਾ, ਟਰੱਕ ਯੂਨੀਅਨ ਦਾ, ਜੋ ਵੀ ਪਿਛਲੇ ਪ੍ਰਧਾਨ ਦਾ ਹੁੰਦਾ ਕੋਈ। ਸਾਡੇ ਹਿਸਾਬ 'ਤੇ ਜੋ ਮਤਲਬ ਸਾਡੇ ਉਰੇ ਕੁਛ ਲੀਡਰ ਨੇ ਲੋਕਲ ਲੈਵਲ ਦੇ ਦਿੜਬੇ ਦੇ, ਉਹਨਾਂ ਨੇ ਧੱਕੇ ਨਾਲ ਸਾਡੇ ਦੇ ਪ੍ਰਧਾਨ ਸੌਂਪਿਆ ਸੀ ਜਸਪਾਲ ਸਿੰਘ ਨੂੰ। ਉਹਨੂੰ ਮਤਲਬ ਲੋਕ ਉਹਦੇ ਉਦੋਂ ਵੀ ਖਿਲਾਫ ਸੀਗੇ, ਚਲੋ ਪ੍ਰਸ਼ਾਸਨ ਦੇ ਜ਼ੋਰ ਨਾਲ ਸਾਡੇ ਦੇ ਪ੍ਰਧਾਨ ਸੌਂਪਤਾ। ਉਹਨੇ ਪਿਛਲੇ 3 ਸਾਲ ਤੋਂ ਪ੍ਰਧਾਨ ਚੱਲਿਆ ਰਿਹਾ ਜੀ, ਨਾ ਉਹਨੇ ਕਦੇ ਪਹਿਲਾਂ ਸਾਨੂੰ ਟਾਈਮ ਦਿੱਤਾ ਕੋਈ ਵੀ, ਨਾ ਸਾਨੂੰ ਰੇਟ ਦੇ ਪਤਾ ਲੱਗਦਾ। ਸੀਜ਼ਨ ਚੱਲ ਪਾਉਂਦੇ ਨੇ, ਸੀਜ਼ਨ ਦੇ ਵਿਚਾਲੇ ਆ ਕੇ ਐਂਡ ਜਾ ਕੇ ਰੇਟ ਦੱਸ ਦਿੰਦੇ ਨੇ, ਉਹ ਮਨਮਰਜ਼ੀ ਨਾਲ ਰੇਟ ਤੈਅ ਕਰਦੇ ਨੇ। ਲੋਕਾਂ ਦਾ ਨੁਕਸਾਨ ਹੋ ਰਿਹਾ, ਨਾ ਕਿਸੇ ਨੂੰ ਪੈਸਾ ਬਚ ਰਿਹਾ ਜੀ, 3 ਸਾਲ ਤੋਂ ਅਸੀਂ ਭੁੱਖੇ ਮਰ ਰਹੇ ਹਾਂ, ਸਾਡੇ ਦੇ ਲਿਆ ਕੇ ਪ੍ਰਸ਼ਾਸਨ ਦੇ ਜ਼ੋਰ ਨਾਲ ਪ੍ਰਧਾਨ ਨੂੰ ਸੌਂਪ ਦਿੰਦੇ ਨੇ ਜੀ। ਅੱਜ ਦੇ ਇਕੱਠੇ ਹੋਣ ਦਾ ਕੀ ਕਾਰਨ? ਅੱਜ ਦੇ ਇਕੱਠੇ ਹੋਣ ਦਾ ਕਾਰਨ ਇਹ ਹੈ ਜੀ, ਪਿਛਲੇ ਸੀਜ਼ਨ ਦੇ ਵਿੱਚ ਜੋ ਸਾਡਾ ਹਾੜੀ ਦਾ ਸੀਜ਼ਨ ਲੱਗਿਆ ਉਹਦੇ ਵਿੱਚ ਸਾਡੇ ਗੱਡੀਆਂ ਦੇ ਖਰਚੇ ਨਹੀਂ ਪੂਰੇ ਹੋਏ, ਉਹ ਗੱਡੀਆਂ ਵਾਲੇ ਗੱਡੀਆਂ ਕਬਾੜ 'ਚ ਵੇਚ ਕੇ ਅੱਜ ਦਿਹਾੜੀ ਕਰਨ ਦੇ ਮਜਬੂਰ ਨੇ। ਅੱਜ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਹੁਣ ਜੋ ਜੀਰੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਲਈ 1-2 ਦਿਨ ਪਹਿਲਾਂ 1-2 ਗੱਡੀਆਂ ਕਟਵਾਈਆਂ ਨੇ ਉਹਨਾਂ ਨੇ, ਉਹੀ ਪਿਛਲੇ ਵਾਰ ਵਾਲਾ ਸਾਡੇ ਨਾਲ ਫੇਰ ਉਹੀ ਧੋਖੇ ਬਾਜੀ ਹੋ ਰਹੀ ਹੈ। ਅੱਜ ਦਾ ਇਕੱਠੇ ਹੋਣ ਦਾ ਮਕਸਦ ਇਹੀ ਹੈਗੀ ਹੈ, ਮਤਲਬ ਇਹਨੂੰ 3 ਸਾਲ ਹੋ ਗਏ ਲਗਾਤਾਰ ਪ੍ਰਧਾਨਗੀ ਕਰਦੇ ਨੂੰ, ਲੋਕ ਉੱਦਾਂ ਦੀ ਹੀ ਪਰੇਸ਼ਾਨ ਨੇਗੇ, ਪਰ ਹੁਣ 2-3 ਦਿਨਾਂ ਤੋਂ ਲੋਕ ਮੇਰੇ ਲਵੇ ਇਕੱਠੇ ਹੋ ਕੇ ਆਏ ਨੇ ਸਾਰੇ, ਵੀ ਐਂ ਕਰਕੇ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ, ਨਾ ਤਾਂ ਕਿਸੇ ਦੀ ਸੁਣੀ ਜਾਂਦੀ ਹੈਗੀ, ਨਾ ਕਿਸੇ ਨੂੰ ਕੋਈ ਰੇਟ ਮਿਲਦਾ ਗਾ, ਵੀ ਲੋਕਾਂ ਦੀ ਮਤਲਬ ਵੀ ਸਾਰਿਆਂ ਦੀ ਇਹੀ ਕਹਿਣਾ ਵੀ ਇਹਨੂੰ ਅਸੀਂ ਬਦਲਣਾ ਚਾਹੁੰਦੇ ਹਾਂਗੇ, ਮਤਲਬ ਇਹ ਬਦਲਿਆ ਜਾਵੇ, ਹੋਰ ਇਹਨਾਂ ਦਾ ਕੋਈ ਮੰਗ ਨਹੀਂ, ਸਿਰਫ ਇਹਨੂੰ ਬਦਲਿਆ ਜਾਵੇ, ਕੋਈ ਰੇਟ ਦੀ ਮੰਗ ਨਹੀਂ, ਉਹ ਸਾਰਾ ਕੁਛ ਆਪ ਬਾਅਦ 'ਚ ਆਪੇ ਕੀਤਾ ਜਾਊਗਾ, ਪਰ ਹੁਣ ਇਸ ਟਾਈਮ ਲੋਕਾਂ ਦੀ ਮੰਗ ਹੈ ਇਹਨੂੰ ਬਦਲਿਆ ਜਾਵੇ। ਜਿਹੜਾ ਅੱਜ ਇਕੱਠੇ ਹੋਏ ਇਸੇ ਕਾਰਨ ਕਰਕੇ? ਹਾਂ, ਸਿਰਫ ਇਹੀ ਕਾਰਨ ਹੈ ਵੀ ਇਹਨੂੰ ਬਦਲਣਾਗਾ। ਇਹ ਜਿਹੜਾ ਮਤਾ ਤੁਸੀਂ ਪਾਤਾ, ਇਹ ਤੁਸੀਂ ਕਿੱਥੇ ਪਹੁੰਚਾਓਗੇ ਮਤਾ? ਇਹ ਮਤਾ ਅਸੀਂ ਡੀਸੀ ਦਫ਼ਤਰ ਵੀ ਪਹੁੰਚਾਵਾਂਗੇ, ਜਿੱਥੇ ਜਿੰਨੇ ਵੀ ਆਪਣੇ ਅਫਸਰ ਆਉਂਦੇ ਨੇਗੇ ਸਾਰਿਆਂ ਲਵੇ ਪਹੁੰਚਾਇਆ ਜਾਊਗਾ, ਡਿਪਟੀ ਸਾਹਿਬ ਲਵੇ ਵੀ ਪਹੁੰਚਾਇਆ ਜਾਊਗਾ। ਲਿਖ ਕੇ ਪਾਸ ਕਰਤਾ ਸਾਰੇ ਲੋਕ? ਹਾਂ, ਸਾਰੇ ਲੋਕਾਂ ਨੇ, ਜਿਹੜਾ ਮਤਲਬ ਸਾਡੀ ਆਪਦੀ ਬਣੀ ਹੋਈ ਹੈਗੀ, ਮਤਲਬ ਲੋਕਾਂ ਦਾ ਜਮੈਂਟ ਹੈਗਾ, ਜਿੰਨਾ ਵੀ ਓਪਰੇਟਰ ਨੇਗੇ ਉਹਨਾਂ ਨੇ ਸਾਰਿਆਂ ਨੇ ਸਾਈਨ ਕਰਕੇ ਇਹਨੂੰ ਬਰਖਾਸਤ ਕਰਤਾ। ਇਸ ਮੌਕੇ ਟਰੱਕ ਓਪਰੇਟਰਾਂ ਨੇ ਇਹ ਵੀ ਕਿਹਾ ਕਿ ਉਹਨਾਂ ਚਿਰ ਜੀਰੀ ਦੇ ਸੀਜ਼ਨ ਵਿੱਚ ਮਾਲ ਦੀ ਢੋ ਢੁਆਈ ਨਹੀਂ ਕੀਤੀ ਜਾਏਗੀ। ਦੱਸ ਦਈਏ ਕਿ ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ, ਪਰ ਜਦ ਇਸ ਮਾਮਲੇ ਬਾਰੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਤੋਂ ਪੱਖ ਜਾਣਨ ਲਈ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਹੁਣ ਵੇਖਣਾ ਹੋਵੇਗਾ ਕਿ ਝੋਨੇ ਦੇ ਸੀਜ਼ਨ ਵਿੱਚ ਇਹ ਗਰਮਾਉਂਦਾ ਹੋਇਆ ਮਾਮਲਾ ਕੀ ਮੋੜ ਲੈਂਦਾ ਹੈ। ਜਗਬਾਣੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।